क्या नु करता करते सेंटर। हाँ जी हाँ जी जी ट्राई दिस Thank you.
guardando la richiesta che ti dà. Thank you.
ਦੁਆਰੇ ਸੈਂਡ ਕਰੀ ਚੰਗਾ ਲੈ ਕੇ ਆ। ਕੋਈ ਨੀ ਕਰਦੇ ਹਾਲ ਟਾਲੀ ਬਾਈ ਦੋਧੀ ਆ ਗਿਆ ਬਾਰ ਨਿਸ਼ਾਨ ਇੱਕ ਸੋਨੂ ਕਿੱਥੇ ਆ ਉਹਨੂੰ ਕਿਹਾ ਉਹਨਾਂ ਨੂੰ ਬਾਹਰ ਲੈਣ ਨੂੰ ਲਿੰਕ ਨੂੰ ਭੇਜ ਦੇ। Thank you.
ਮਸ਼ੀਨ ਲੈ ਕੇ ਸ਼ੇਅਰ ਕਰ ਕਿਹਨੂੰ ਕਰਾਂ ਹੁਣ ਮੈਂ ਬਲਜੀਤ ਨੂੰ ਬਲਜੀਤ ਨੂੰ ਲੱਗੀ ਜਾ ਰਿਹਾ ਤੁਸੀਂ ਮੇਰਾ ਨੰਬਰ ਫੀਡ ਕਰੋ ਪਹਿਲਾਂ ਇਹਦਾ ਪ੍ਰੀਤ ਕੌਣ ਸੀਗਾ ਇਹ ਤਾਂ ਮੁੰਡਾ ਹੋਰ ਸ਼ੇਅਰ ਹੋ ਗਿਆ ਮੇਰੇ ਕੋ ਆਇਆ ਉਧਰੋਂ ਅੱਛਾ ਤੁਸੀਂ ਐ ਕਰੋ ਰੈੱਡ ਗ੍ਰੀਨ ਲਾਈਵ ਟੀਵੀ ਤਾਂ ਭੇਜ ਦੇ ਹੈ ਰੈੱਡ ਗ੍ਰੀਨ ਲਾਈਵ ਟੀਵੀ ਤੋਂ ਸਮਝ ਨਹੀਂ ਚੈਨਲ ਦਾ ਨਾਮ ਇਹ ਤੇ ਚੱਲਣਾ ਚਾਹੀਦਾ ਜਦੋਂ ਇਹ ਤੇ ਸ਼ੇਅਰ ਹੋ ਗਿਆ ਯਾਰ ਇਹ ਤੂੰ ਇੱਕ ਮਿੰਟ ਦੁਬਾਰਾ ਭੇਜ ਦੇ ਤੂੰ ਮੈਨੂੰ ਭੇਜ ਚੱਲਿਆ ਨਹੀਂ ਇਹ ਤਾਂ ਕਰੋਨਾ ਇੱਕ ਮੈਂ ਚੱਲਿਆ ਜਸਤਾ ਕਰ ਚੱਲ ਪਿਆ ਮੈਂ ਉਹੀ ਤੇਰੀ ਲੋਕੇਸ਼ਨ ਨਾ ਸੈਂਡ ਕਰੀ ਹੈ ਮੇਰੀ ਨਹੀਂ ਆਇਆ ਚੱਲੇ ਜੀ ਯਾਰ ਤੇ ਆਪਣੇ ਤੇ ਹਵਾ ਇਹ ਤੇ ਕੋਈ ਕੋਈ ਗੱਲ ਮੇਰੀ ਗੱਲ
ਚਲਣਾ ਜੀ ਇੱਕ ਮਿੰਟ ਨੰਬਰ ਦੇ ਜੀ ਆਪਾਂ 94176 32 ਇਹ ਲਿੰਕ ਸੈਂਡ ਕਰੀਏ ਨਾਲ ਦੇ ਨਾਲ ਉੱਤੇ ਆਏ ਮੈਂ ਵਿਆਹ ਪਿਆ ਕੀ ਨਾਮ ਹੈ ਕੋ ਸੋਨੂ ਚੱਕ ਦੇ ਸਾਰਾ ਦਿਖਾ ਮੈਨੂੰ ਚੱਕ ਦੇ ਜਿਹੜਾ ਕੋਈ ਮਾਂ ਬੀ ਕਿੰਨੇ ਗਏ ਮੇਰੇ ਨਾਲ ਕੀ ਲਾਉਂ ਇੱਕ ਜੀ ਕੋਈ ਫਿਰੇ ਸਾਡੇ ਕੋਈ ਆ ਨੀ ਸਿੱਧਾ ਸ਼ੇਅਰ ਕਰਕੇ ਭੇਜਾਂਗੇ ਜੇ YouTube ਤੇ ਤੇਰਾ ਹਾਂਜੀ ਹਾਂਜੀ YouTube ਤੇ ਚੈਨਲ ਭਰ ਦੋ ਰੈਡ ਫਰੇਮ ਲਾਈਵ ਟੀ ਭਰ ਦੋ ਮੈਂ ਤੁਹਾਨੂੰ ਇਧਰ ਇੱਕ ਵਾਰ ਹੋਰ ਸਾਡੇ ਕੀ ਲੈਣਾ ਖੜੇ ਕੰਮ ਉਹਨਾਂ ਨੂੰ ਦੋਨੇ ਆਪਸ਼ਨ ਕਰ ਦਿਓ ਦੋਵੇਂ ਕਰ ਦੋ ਉਹ ਇੱਥੇ ਵੀ ਚੈਨਲ ਵਾਲਾ ਵੀ ਇੱਥੇ ਹੋ ਸਕਦਾ ਉਹ ਵੀ ਟੀ ਰੈਡ ਵੈਸੇ ਨਾ ਜਿਹੜਾ ਹਾਂਜੀ ਅੱਗੇ ਬੋਲ ਦੇ ਕਿ ਸਪੇਸ ਦੇ ਸਕ੍ਰੀਨ ਐਫ ਆਰ ਟੀ ਕਾਹ ਕਰਿਓ ਐਫ ਆਰ ਟੀ ਐਮ ਹੈ ਈ ਲਾਈਵ ਟੀ ਵੀ ਤੇ ਗਲਾਸ ਚੌੜੇ ਵਾਲੇ ਦੇ ਹਾਂਜੀ ਉਹੀ ਲਾਵਾਂਗੇ ਟੇਬਲ ਆ ਵਸਤੂ ਹੀ ਆ ਗਿਆ ਹਾਂਜੀ ਮੈਂ ਭਾਈ ਹੰਡ ਕਰਨਾ ਫੇਰ ਨਹੀਂ ਨਾ ਹੋਊਗਾ ਯਾਰ ਨਹੀਂ ਇਹ ਚੱਲਦਾ ਨਹੀਂ ਉਹਨਾਂ ਤੋਂ ਇਹ ਬਾਈਆਂ ਨੂੰ ਵੀ ਭੇਜੇ ਇੱਥੇ ਤੂੰ ਉਹ ਦੱਸ ਮੈਨੂੰ ਯਾਰ ਹੁਣ ਦੁਬਾਰੇ ਭੁੱਲ ਲਈ ਰੈਡ ਪ੍ਰੇਮ ਚੱਲ ਪਿਆ ਤੇਰੇ ਤੇ ਚੱਲ ਪਿਆ ਹਾਂ ਚੱਲ ਪਿਆ ਕਿ ਯੂਟਿਊਬ ਜਾ ਕੇ ਖੋਲਣਾ ਪੈਂਦਾ ਮੈਂ ਘੁੰਮਾ ਵੀ ਤੁਹਾਡੇ ਉਹ ਚੈੱਕ ਖੁੱਲੀ ਤੇ ਚੱਲ ਪਿਆ ਲਾਈਵ ਨਾ ਰਿਕਾਰਡਿੰਗ ਥੋੜੀ ਰਹੂਗੀ ਨਹੀਂ
ਇਹ YouTube ਦੇ ਵਿੱਚ ਸੇਵ ਹੀ ਰਹੂਗੀ ਹਾਂਜੀ ਹਾਂਜੀ ਉਹਦੇ ਨਹੀਂ ਰਿਕਾਰਡਿੰਗ ਹੋ ਸਕਦੀ ਜੀ ਰਿਕਾਰਡਿੰਗ ਠੀਕ ਹੈ ਸੇਵ ਹੀ ਰਹੂਗੀ ਹਾਂਜੀ ਹਾਂਜੀ ਸਭ ਸੇਵ ਹੀ ਰਹੂਗੀ ਹੈਲੋ ਹੈਲੋ Yeah.
ਵੀ ਆਪਣਾ ਵੀਡੀਓ ਸਾਡੀ ਵੱਧ ਬਣਾਉਣੀ ਸਭ ਤੋਂ ਜ਼ਿਆਦਾ ਕਰਾਂਗੇ ਮਾਮੇ ਦੀ ਜਿਹੜੀ ਆ ਉਹ ਹੁਣ ਲਾਈਵ ਕਿਤੇ ਆ ਮੈਨੂੰ ਵੀ ਦਿਖਾ ਦੋ ਯਾਰ ਸਵੀਟ ਫੈਮਿਲੀ ਕਰ ਲਾ ਅੱਗੋ ਆ ਰਹੇ ਆਓ ਮੈਂ ਆ ਗਿਆ ਯੋ ਯੋ ਲਾਈਵ ਲਾਈਵ ਹਟਿਓ ਹਟਿਓ ਫੋਟੋ ਨਹੀਂ ਆ ਰਹੀ ਯਾਰ ਮੇਰੀ ਇੱਕੋ ਪਾਸੇ ਆ ਯੋ ਹੋਰ ਦੀ ਹੋਣੀ ਆ ਹੁਣ ਆਇਆ ਨੇ ਹੁਣ ਆਈ ਆ ਗਈ ਆਈ ਯਾਰ ਆਪਣੇ ਤਾਂ ਬੋਲ ਤੋਂ ਬਹੁਤ ਲੇਟ ਆ ਰਹੀ ਹੈ ਨਾ ਅੱਗੇ ਨੱਚ ਰਹੇ ਹਾਂ ਚਲੋ ਯਾਰ ਕਹਿੰਦੀ ਦਿੰਦਾ ਹੀ ਹੈ ਗੱਲ ਕਰਵਾਏ
ਲੋ ਜੀ ਲੈ ਮੈਨੂੰ ਬੜਾ ਆ ਜਾ ਮਾਸੀ ਇੱਕ ਵਾਰੀ ਬੈਠੋ ਤੁਸੀਂ ਉੱਥੇ ਬਹਿ ਜਾਓ ਰੱਖਣਾ
ਦਿੱਲੀ ਜਾਵੇ
ਆ ਬੇਟਾ ਸਾਨੂੰ ਆ ਬੇਟਾ ਤੇਰੀ ਮੰਮੀ ਮੈਂ ਉਹ ਦੇ ਵੀ ਲੜੀ Thank you.
ਬਟਨ ਕਿਹ ਕਰਦੀ ਮਾਣੇ ਗੱਡੀ ਲੋ ਰਹੀ ਕਰਦੇ ਆ ਬੜੇ
ਮੇਰੇ ਪਿਆਰੇ ਦੇਸ਼ ਵਾਸੀਓ ਬਹੁਤ ਦੁੱਖ ਹੋ ਰਿਹਾ ਵੀ ਤੁਸੀਂ ਪਹੁੰਚ ਨੀ ਪਾਏ ਤੁਸੀਂ। ਕੋਈ ਨਾ, ਅਸੀਂ ਹੈਗੇ ਤੁਹਾਡਾ ਸਾਰਾ ਕੱਢ ਦਾਂਗੇ, ਕਹਿੰਦੇ ਸਾਰਾ ਤੁਹਾਡਾ ਜਿਹੜਾ ਸਮਾਨ ਸਮੂਨ ਰਹਿੰਦਾ ਏ ਟੂ ਜੈਡ ਖਾ ਪੀ ਕੇ ਨਜ਼ਾਰੇ। ਹੈਲੋ ਸਰਬ, ਪਹਿਲਾਂ ਕੀ ਆਖਿਆ ਸੀ ਤੂੰ? ਬਸ ਉਹ ਕਹਿੰਦਾ ਖਾਣੇ ਬਸ ਕਰੋ, ਤੈਨੂੰ ਆਖਿਆ ਤੂੰ ਕਦੀ ਖਾਈ ਜਾਂਦਾ, ਤੂੰ ਕੈਮਰਾ ਲੈ ਕੇ ਉੱਤੇ ਖੜਾ। ਆਹ ਵੀਰ ਨਾਲ ਗੱਲ ਕਰਨ ਦਿਆ ਕੈਮਰੇ ਵਾਲੇ ਨਾਲ, ਸਾਡੀ ਗੱਲ ਕਰਦੇ ਸੀ ਵੀਰ।
Thank you.
ਕੀ ਕਰਦੇ ਆ ਬੱਚੇ ਉਹ ਵੀ ਲੈ ਗਿਆ ਬੱਚੇ
ਕੀਤੀ ਨੇ ਅੱਗੇ ਸਿੱਖ ਲੈਂਦੇ ਤੁਹਾਡੇ ਕੋਲ
ਪਰਿਵਾਰ ਵੀ ਠੀਕ ਆਪਣੇ ਨਾ ਪਰਿਵਾਰ ਠੀਕ ਮਾਮੀ ਕੋਲ ਜਾਂਦਾ ਨੀ ਕਿਸੇ ਕੋਲ ਜਾਂਦਾ ਨੀ ਆਇਆ ਭੇਜ ਦੇ
ਨੈਟਵਰਕ ਥੋੜ੍ਹਾ ਹਾਂਜੀ ਯੂਟਿਊਬ ਤੇ ਦੇਖ ਸਕਦੇ ਹਾਂਜੀ 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 ਨਾ ਹੋ ਗਈ ਗੱਲ ਹੋ ਗਈ ਗੱਲ
ਮੈਂ ਕਿਹਾ ਮੈਂ ਅੱਜ ਤਾਂ ਸੌਣਾ ਨਹੀਂ ਸੀ ਚਾਹੀਦਾ ਉਹਨਾਂ ਨੂੰ ਹਾਂ ਬਾਕੀ ਸਾਰੇ ਤੜਕੇ ਦੇ ਲਾਈ ਹੋਏ ਮੈਂ ਕਿਹਾ ਨਾ ਨਾ ਚੱਲੀ ਗਈ ਹੈ ਸਾਰੇ ਦੂਜਾ ਜਿਹੜਾ ਲਾਉਣਾ ਸੀ ਉਹ ਨਹੀਂ ਲਾਇਆ ਉਹਨਾਂ ਨੇ ਲਾਈ ਚੱਲੀ ਜਾਂਦਾ ਆ ਵੀ ਆ ਚੱਲੀ ਜਾਂਦਾ ਲਾਈ ਵੀ ਮੈਂ ਯਾਰ ਪਹਿਲਾਂ ਆਪਣੇ ਬੱਚਿਆਂ ਨੂੰ ਇੱਧਰ ਆ ਜਾ ਪਿਆਰੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੰਨਾ ਮੇਰਾ ਪਰਿਵਾਰ ਬੈਠਾ ਬਾਹਰ ਉਹ ਕਿਸੇ ਕਾਰਨ ਕਰਕੇ ਮਜ਼ਬੂਰੀ ਕਰਕੇ ਸਾਡੇ ਸ਼ਾਮਿਲ ਨਹੀਂ ਹੋ ਸਕਿਆ ਪਰ ਸਾਡੇ ਦਿਲਾਂ ਦੇ ਅੰਦਰ ਏ ਅਸੀਂ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹਾਂ ਤੁਸੀਂ ਸਾਨੂੰ ਵੇਖ ਰਹੇ ਜੇ ਅਸੀਂ ਵੀ ਆਪਦੇ ਅੰਦਰੋਂ ਤੁਹਾਨੂੰ ਵੇਖ ਰਹੇ ਹਾਂ ਆਪਦੀ ਰੂਹ ਤਰ੍ਹਾਂ ਵੇਖ ਰਹੇ ਹਾਂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਬਾਕੀ ਅਸੀਂ ਜਿਹੜੀਆਂ ਸਾਨੂੰ ਤੁਸੀਂ ਪੋਸਟ ਪਾਈ ਸੀ ਵੀ ਨਿਹੰਗ ਸਿੰਘ ਜਾਂਦੇ ਨਹੀਂ ਆਪਣੇ ਜਾਓ ਉੱਥੇ ਅਸੀਂ ਜ਼ਰੂਰ ਜਾਵਾਂਗੇ ਜਾ ਭਗਤਾ ਲਈਏ ਪਾਸਾ ਕਰਕੇ ਮੁੜਾਂਗੇ ਸਾਡੀ ਮਜ਼ਬੂਰੀ ਸੀ ਇੱਥੇ ਸਾਰੇ ਨਿਹੰਗ ਸਿੰਘ ਵੀ ਜਾਣਗੇ ਪਰ ਅਸੀਂ ਇਹ ਵੇਖਣ ਡਿਆ ਵੀ ਜਿਹੜੇ ਉਰਲੇ ਪਰਲੇ ਕੁੜੀਆਂ ਕੁੱਟ ਖਾ ਲੈਣ ਪਹਿਲਾਂ ਅਸੀਂ ਐਂ ਨਹੀਂ ਵੀ ਫਲਾਣਾ ਜ਼ਿਆਦਾਤਰ ਬੋਲੂਗਾ ਵੀ ਇੱਥੇ ਨਹੀਂ ਬੋਲਣਾ ਅਸੀਂ ਤਾਂ ਪਰ ਜੋ ਬੋਲਣਾ ਬੋਲਣੇ ਤਾਂ ਅਰਦਾਸ ਕਰਨੀ ਤੇ ਆਰ ਜਾਂ ਪਾਰ ਸਾਡੀਆਂ ਇਹ ਨਹੀਂ ਗੱਲਾਂ ਬੁਲਾਉਂਦੀਆਂ ਆ ਜਿਹੜਾ ਤੁਹਾਨੂੰ ਰਿਪੋਰਟ ਪਾਈ ਸੀ ਉਹ ਤੁਹਾਡੀ ਜਾਇਜ਼ ਰਿਪੋਰਟ ਦਲ ਪੰਥਾਂ ਨੇ ਗੱਲ ਕਰਾਂਗੇ ਅਸੀਂ ਉਦੋਂ ਜਾਵਾਂਗੇ ਕਿ ਕੁੱਟ ਕੁੱਟ ਖਾ ਲੈਣ ਜੱਟ ਦੇ ਵਿਗੜੇ ਜੱਟ ਵੀ ਹੈਗੇ ਨੇ ਬਾਅਦ ਚ ਨਹੀਂ ਤਾਂ ਹਾਲ ਵੀ ਨਹੀਂ ਸੀ।
ਵੀਰ ਜਵਾਬ ਮੂਰੇ ਬਾਬਾ ਖੜ ਜਾ ਖੜ ਜਾ ਪੰਜ ਸੱਤ ਮਿੰਟ ਲੱਗਣਗੇ ਜਿਹੜੇ ਵੀਰ NRI ਬੈਠੇ ਨੇ ਉਹ ਨਹੀਂ ਪਹੁੰਚ ਸਕੇ ਉਹ ਸਾਡੀ ਧਰਤ ਦੇ ਵਿੱਚ ਵੱਸਦੇ ਨੇ ਅਤੇ ਬਹੁਤ ਸਾਰਾ ਪਿਆਰ ਉਹਨਾਂ ਲਈ
ਤੇ ਮਹਾਰਾਜ ਸੁੱਖ ਰੱਖੇ ਅਗਲੇ ਵਿਆਹਾਂ ਤੇ ਤੁਸੀਂ ਜ਼ਰੂਰ ਪਹੁੰਚਣਾ। ਯੈਸ ਯੈਸ ਕੋਈ ਗੱਲ ਨਹੀਂ, ਉਹ ਸਮੁੰਦਰ ਵਿੱਚ ਕਿਸ਼ਤੀਆਂ ਦੇ ਝੂਟੇ ਵੀ ਉਹ ਹੀ ਲੈਂਦੇ ਜੇ ਨਹੀਂ ਵਿਆਹ ਦੇ, ਕੀ ਗੱਲ ਹੈ ਹਨਾ। ਠੀਕ ਹੈ ਹੈ ਮਾ ਇੱਥੇ ਕਰ ਲਓ ਤਿਆਰੀ ਆਪਦੀ। ਆਜੋ ਆਜੋ ਮੇਰੇ ਕੋਲ ਆ ਜਾ।
ਫੜਾ 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 ਵੀਡੀਓ ਨੂੰ ਕਾਕੇ ਨੂੰ ਫੜਾ ਦੇ ਮੇਰੇ ਕੋਲ ਨਹੀਂ ਆਉਂਦੀ ਫੇਰ ਫੜੇ ਹੁੰਦਾ ਫੇਰ ਫੜੇ ਕੋਲ ਨਹੀਂ ਆਉਂਦੀ ਮਿਲਣੀ ਕੋਲ ਨਹੀਂ ਹੋਣੀ ਤੁਹਾਡੀ ਨਹੀਂ ਹੋਣੀ ਤੁਹਾਡੀ ਉਹ ਦੂਜਿਆਂ ਦੀ ਹੋਣੀ ਹੈ ਤੁਹਾਡੀ ਕੋਲ ਨਹੀਂ ਹੋਣੀ ਜੇ ਤਾਂ ਮਿਲਣੀ ਖਰਾਬ ਹੋ ਗਈ ਤਾਂ ਕਰ ਲਾਂਗੇ ਚੱਕੇ ਨੋਕਲੀ ਚੀਜ਼ ਹੈ ਕਿੱਧਰ ਰੱਖਣੇ ਉਹ ਉੱਧਰ ਲੈ ਜਾ ਸਟੇਜ ਕੋਲ ਕੀ ਹੋਵੇ ਕੀ ਹੋਵੇ ਫਲੋ 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 ਬਾਏ ਬਾਏ ਕਰੋ ਬਤੂ ਭੈਣ ਦਾ ਵੀ ਰੋਂ ਤੇ ਜੋ ਰੱਖਿਆ ਨਹੀਂ
ਉਹਦਾ ਰੁੱਤੇ ਵਾਲੇ ਆ ਜੀ ਯਾਰ ਭਲਵਾਨ ਕਰ ਦੇਣਾ ਸਾਖੀ ਪਰ ਫੋਨ ਕਰਾਂ ਨਾ ਗੱਲਾਂ ਬਤਾ ਮਾਰਦੇ